ਦੀ ਖੋਜ ਹੋਦਾ ਕਿ ਉਹ ਆਏ ਇਹਦੀ ਸਾਥ ਨਹੀਂ ਹੈਗੀ ਰਾਜੀ ਤਾਂ ਨਹੀਂ ਨਾ ਜੀ ਬੜਾ ਲੱਭੇ ਹਨਾ ਬੜਾ ਚੁਣ ਕੇ ਸਾਗ ਲੱਭੇ ਨਾ ਤੇਰੀ ਸੱਸ ਨਾ ਹੁੰਦਾ ਕਰਕੇ ਤਾਂ ਨੀ ਵਿਆਹ ਕਰਨ ਲੱਗੀ ਇਹ ਨਾ ਹੋਵੇ ਤੈਨੂੰ ਕੋਈ ਕੋਈ ਕਹਿਣ ਵਾਲਾ ਨਾ ਹੋਵੇ ਤੂੰ ਤੂੰ ਘਰੇ ਖਲਾੜਾ ਪਾ ਕੇ ਬੇਟੀ ਰਹਿ ਕਦੇ ਫਿਰ ਮਾਰ ਕੇ ਵੇਖਣਾ ਹੀ ਕਦੇ ਹਾਂ ਇਹ ਨਾ ਜਿਹੜੇ ਇਹਦੇ ਜਾਂ ਭਾਂਡੇ ਖੋਲੀ ਚ ਲੱਗਿਆ ਕਰਨ ਨਹੀਂ ਹੁੰਦਾ ਇੱਦਾਂ ਅਵੀਰੋ ਜਿਹੜੀ ਤੁਸੀਂ ਬੱਚੀ ਸ਼ਗਨਾਂ ਦੇ ਜੋੜੇ ਦੇ ਵਿੱਚ ਦੇਖ ਰਹੇ ਜੇ ਇਸ ਬੱਚੀ ਦਾ ਪਿੰਡ ਹਰੀਕਾ ਪੱਤਨ ਜ਼ਿਲ੍ਹਾ ਤਰਨ ਤਾਰਨ ਤੋਂ ਬੱਚੀ ਤੇ ਤੁਹਾਨੂੰ ਮੈਂ ਦੱਸਣਾ ਚਾਹਾਂਗਾ ਕਿ ਇਸ ਬੱਚੀ ਦਾ ਨਾਂ ਪਿਓ ਸਿਰ ਤੇ ਸੀਗਾ ਤੇ ਭਰਾ ਵੀ ਛੋਟੇ ਛੋਟੇ ਸੀਗੇ ਤੇ ਜਿਹੜੀ ਮਾਂ ਸੀ ਉਹ ਵੀ ਵਿਚਾਰੀ ਭਲੀ ਮਾਂ ਸੀ ਕਹਿਣ ਤੋਂ ਭਾਵ ਕਿ ਰਮਤਾ ਜੋਗੀ ਸੀਗੀ ਤੇ ਅਸੀਂ ਧੰਨਵਾਦ ਕਰਦੇ ਹਾਂ ਸਾਰੀ ਸੰਗਤ ਦਾ ਜਿਨ੍ਹਾਂ ਦੇ ਸਹਿਯੋਗ ਨਾਲ ਬਾਬਾ ਰਤਨ ਦੇਵ ਸੇਵਾ ਸੁਸਾਇਟੀ ਵੱਲੋਂ ਇਸ ਬੱਚੀ ਦਾ ਵਿਆਹ ਕੀਤਾ ਗਿਆ ਆਓ ਤੁਹਾਨੂੰ ਵਿਆਹ ਦੀਆਂ ਝਲਕੀਆਂ ਦਿਖਾਈਏ ਬਾਕੀ ਵੀਰੋ ਜੇਕਰ ਤੁਹਾਨੂੰ ਸੇਵਾ ਕੀਤੀ ਵਧੀਆ ਲੱਗੀ ਤਾਂ ਇਸ ਪੇਜ ਨੂੰ ਲਾਈਕ ਜ਼ਰੂਰ ਕਰਿਓ ਤੇ ਆਓ ਤੁਹਾਨੂੰ ਸਾਰਾ ਵਿਆਹ ਦਿਖਾਈਏ ਉਹ ਤਾਂ ਧਿਆਨ ਨਾਲ ਮਗਰ ਸੜਕੀ ਇਹਨਾਂ ਤੇਰੀ ਸਟੋਰੀ ਪੈ ਜੇ ਮਗਰ ਮੋਟਰਸਾਈਕਲ ਆਹੋ ਚਾਬੀ ਦੇ ਗੱਡੀ ਆਨ ਕੋਲ ਗੱਡੀ ਨੂੰ ਹਰਮਨ ਗੁੜੀਆ ਵਧੀਆ ਤਿਆਰ ਹੋਈ ਆ ਹੈ ਗਾਲਾਂ ਤਾਂ ਨੀ ਕਰਦੀ ਮਨ ਚ ਕਿਆ ਵੀ ਇਹਨੇ ਕੰਜਰ ਨੇ ਕੀ ਕਰਾ ਦਾ ਹੈ ਖੁਸ਼ ਸੀ ਚਲੋ ਰੱਬ ਤੈਨੂੰ ਤੰਦਰੁਸਤੀ ਦੇਵੇ ਆਪ ਜਿਆਦਾ ਖੁਸ਼ ਹੈ ਤਾਂ ਦਾ ਮੈਨੂੰ ਪਤਾ ਤੂੰ ਕਹਿੰਦਾ ਤੂੰ ਖੁਸ਼ ਹੈ ਇੰਨੀ ਹੈਨਾ ਮਿਆਰੇ ਲੋਕ ਹੀ ਕਹਿੰਦੀ ਤਾਂ ਨਾ ਸਾਹਿਤ ਨਾ ਦਰਾਣੀ ਜਠਾਣੀ ਦਰਾਣੀ ਜਠਾਣੀ ਨੀ ਨਾ ਜੀ ਬੜਾ ਲੱਭੇ ਹਨਾ ਬੜਾ ਚੁਣ ਕੇ ਸਾਗ ਲੱਭੇ ਹਨਾ ਤੇਰੀ ਸੱਸ ਨਾ ਹੁੰਦਾ ਕਰਕੇ ਤੇ ਨੀ ਵਿਆਹ ਕਰਨ ਲੱਗੀ ਅੱਛਾ ਮੈਂ ਕਹਿੰਦੀ ਹੋਇਆ ਵੀ ਤਾਂ ਸੱਸ ਹੈਗੀ ਨੀ ਤੇ ਨਾ ਦਰਾਣੀ ਜਠਾਣੀ ਹੈਗੀ ਮੈਨੂੰ ਕਿਹੜਾ ਕਹਿੰਦੇ ਆਖਣਾ ਹੋਇਆ ਹਾਂ ਇਹ ਨਾ ਹੋਵੇ ਵੀ ਤੈਨੂੰ ਕੋਈ ਕੋਈ ਕਹਿਣ ਵਾਲਾ ਨਾ ਹੋਵੇ ਤੂੰ ਤੂੰ ਘਰੇ ਖਲਾੜਾ ਪਾ ਕੇ ਬੇਟੀ ਰਹਿ ਕਦੇ ਫਿਰ ਮਾਰ ਕੇ ਵੇਖਣਾ ਹੀ ਕਦੇ ਹਾਂ ਇਹ ਨਾ ਜਿਹੜੇ ਇਹ ਦੂਜਾ ਭਾਂਡੇ ਖੋਲੀ ਚ ਲੱਭਿਆ ਕਰਨ ਨਹੀਂ ਹੁੰਦਾ ਇੱਦਾਂ ਹਾਂ ਚਲ ਠੀਕ ਆ ਹਾਂਜੀ ਵੀਰੋ ਹੁਣ ਬੱਚੀ ਨੂੰ ਕੈਰੋਂ ਤੋਂ ਕਿਨ ਭੈਣ ਤੋਂ ਤਿਆਰ ਕਰਵਾ ਕੇ ਆਪਾਂ ਹਰੀਕੇ ਪੱਤਨ ਲੈਣ ਦਾ ਗੁਰਦੁਆਰਾ ਸਾਹਿਬ ਤੇ ਇੱਥੇ ਫੇਰੇ ਹੋਣਗੇ ਤੇ ਇਸੇ ਗੁਰਦੁਆਰਾ ਸਾਹਿਬ ਆਪਾਂ ਰੋਟੀ ਪਾਣੀ ਦਾ ਅਰੇਂਜਮੈਂਟ ਕੀਤਾ ਵਾ ਆਓ ਤੁਹਾਨੂੰ ਹੁਣ ਅਗਲੇ ਦਾ ਅਗਲਾ ਪ੍ਰੋਗਰਾਮ ਦਿਖਾਈਏ ਕਿੱਥੇ ਕਰਦੇ ਕਿੱਥੇ ਕੋਈ ਨੀ ਆਊਗਾ ਕਰਦੇ ਅੰਦਰ ਬਿਠਾ ਨੂੰ ਹੈਲੋ ਤੁਹਾਨੂੰ ਵੀ ਨਾ ਤੇ ਪਹੁੰਚੇ ਜੇ ਤੁਸੀਂ ਬ੍ਰਦਰ ਜੀ ਇੱਕ ਵੱਜ ਗਿਆ ਵੀਰ ਇੱਕ ਵੱਜ ਗਿਆ ਵਾ ਤੇ ਕੋਈ ਨੀ ਪਹੁੰਚਿਆ ਮੁੰਡੇ ਨੇ ਤੇ ਮੇਰੇ ਨਾਲ ਤਿਆਰ ਵੀ ਹੋਇਆ ਤੇ ਮੈਂ 3-4 ਵਜੇ ਤੱਕ ਮੈਂ ਚਲ ਜਾਣਾ ਜੀ ਪਰ ਨਹੀਂ ਤੁਸੀਂ ਨੀ ਆਏ ਵੀ ਚੰਗੀ ਗੱਲ ਥੋੜੀ ਆ ਹੁਣ ਹੀ ਤੁਹਾਨੂੰ ਪਾਣੀ ਪੂਣੀ ਪਿਆ ਦੋ ਜੋੜਾ ਲਾ ਕੇ ਜੋੜਾ ਲਾ ਅੱਛਾ ਲੰਗਰ ਵਾਲਾ ਅੱਛਾ ਇਹਨੇ ਤੇ ਉਲਟਿਆ ਉਲਟਿਆ ਕਰਕੇ ਅੱਖਾਂ ਚ ਪਾਣੀ ਨਿਕਲਾਇਆ ਮੂੰਹ ਦਾ ਪੁੱਜ ਸੋਨੀ ਕੀਤੀ ਤਿਆਰ ਸਹੀ ਗੱਲ ਨਹਾਉਂਦੇ ਤੁਸੀਂ ਹੁਣ ਖਾਧਾ ਕੁਝ ਖਾਧੇ ਕਿ ਨਹੀਂ ਕੁਝ ਨੀ ਖਾਧਾ ਗੁੱਸਾ ਹੀ ਖਾਈ ਜਾਂਦੀ ਕੋਈ ਨੀ ਲੱਗ ਗਿਆ ਵੇਲਾ ਪੁੱਤ ਕੁੜੀ ਕਰਨੀ ਛੱਡ ਛੱਡੀ ਕੁੜੀ ਦੇ ਕੋਲ ਇਹ ਗੱਲ
ਪੇਕੇ ਵੀ ਹੈ ਨਹੀਂ ਜੇ ਦਿਓਰ ਜੇਠਾ ਤੋਂ ਬਣਾ ਮੇਰੀ ਮੇਰੀ ਬੇਟੀ ਦਾ ਵਿਆਹ ਹੋਇਆ ਤੇ ਮੇਰਾ ਜੇਠ ਦਿਓਰ ਨਹੀਂ ਕੋਈ ਲਾਗੀ ਲੱਗਾ ਤੇ ਪਰ ਮੇਰੇ ਪੇਕਿਆਂ ਨੇ ਤਾਂ ਛਾਂ ਕਰ ਛੱਡੀ ਨਾ ਉਹ ਤੇ ਮੈਨੂੰ ਉਹਨਾਂ ਨੇ ਮਹਿਸੂਸ ਹੋਇਆ ਤਾਂ ਮੈਂ ਮੇਰੇ ਪੇਕੇ ਨਹੀਂ ਕੀ ਕੌਣ ਕਰੇ ਕੌਣ ਲਾਗੀ ਸ਼ਰਮਾ ਦਾ ਮਾਮਾ ਹੈ ਅਬੇ ਕਹਿੰਦਾ ਮੈਨੂੰ ਦੱਸਿਆ ਨਹੀਂ ਦੀ ਡੇਟ ਵੀ ਨਾ ਨਾ ਪੇਕੇ ਵੀ ਨਹੀਂ ਹੈਗੇ ਕਿ ਪੇਕੇ ਖੜੇ ਮਾਮ ਨਹੀਂ ਪਿਓ ਨਹੀਂ ਜੇ ਭਰਾ ਹੈਗਾ ਉਹ ਸ਼ਰਾਬੀ ਕਬਾਬੀ ਉਹਨੂੰ ਅਸੀਂ ਮਨਾ ਕਰਤਾ ਵੀ ਤੂੰ ਆਉਣਾ ਨਹੀਂਗਾ ਇੱਥੇ ਹਾਂ ਵੀ ਤੂੰ ਨਹੀਂ ਆਉਣਾ ਵੜਨਾ ਇੱਥੇ ਕਿਉਂ ਸਾਡਾ ਗੁਰਦਾਰੇ ਕੰਮ ਹੈ ਤੇ ਨਾਲੇ ਉਹਨਾਂ ਦਾ ਉਹ ਇਹਨਾਂ ਗੁਰੂ ਘਰ ਚ ਕੰਮ ਆ ਮਾਰ ਹਾਂ ਅਸੀਂ ਨਹੀਂ ਮੈਨੂੰ ਮੈਂ ਪਤਾ ਕਿਉਂ ਕਹਿਣਾ ਹੁੰਦਾ ਵੀ ਸ਼ਰਾਬ ਕਿਉਂਕਿ ਮੰਨ ਲਓ ਅਸੀਂ ਵੀਡੀਓ ਬਣਾ ਕੇ ਪਾਈ ਆ ਇੱਥੇ ਮੰਨ ਲਓ ਕੋਈ ਸਾਡੀ ਵੀਡੀਓ ਬਣਾ ਕੇ ਪਾ ਦੇ ਅੱਧੇ ਲੱਗਣ ਵਾਲੇ ਹੁੰਦੇ ਆ ਕਿ ਦੇਖੋ ਭਾਵੇਂ ਕਿਸੇ ਨੇ ਆਪਣੇ ਪੱਲੇ ਉੱਤੇ ਲੈ ਕੇ ਸ਼ਰਾਬ ਬਣਾਈ ਪੀਤੀ ਮੰਨ ਲਓ ਪਰ ਸਾਡੀ ਕਿਸੇ ਨੇ ਵੀਡੀਓ ਬਣਾ ਕੇ ਪਾ ਦਿੱਤੀ ਸਾਡੀ ਬੇਇੱਜ਼ਤੀ ਆ ਨਾਲੇ ਅਸੀਂ ਤੇਰੇ ਸੇਵਾ ਦਾ ਕੰਮ ਅਸੀਂ ਵੈਸ਼ਨੂੰ ਨਾ ਨਾ ਤਾਂ ਅਸੀਂ ਹੁਣ ਵੀ ਮੈਂ ਇਹਨਾਂ ਨੂੰ ਇਹੀ ਸਮਝਾਉਂਦੀ ਰਾਤ ਦੀ ਵੀ ਜੇ ਕੋਈ ਸ਼ਰਾਬ ਵਾਲਾ ਨਾ ਉੱਥੇ ਚੱਲ ਜੀ ਕੋਈ ਸ਼ਰਾਬ ਨਹੀਂ ਇੱਕ ਤੇ ਗੁਰੂ ਘਰ ਹਾਂ ਗੁਰੂ ਘਰ ਇੱਕ ਤੇ ਇੱਕ ਉਹਨਾਂ ਨੇ ਵਿਆਹ ਕੀਤਾ ਤੇ ਹੁਣ ਤੁਸੀਂ ਇਦਾਂ ਕਰੋ ਉਹਨਾਂ ਨੂੰ ਮਾੜਾ ਮੋਟਾ ਉਹਨਾਂ ਨੂੰ ਕਹੋ ਠੀਕ ਕਰਨਾ ਹਾਂ ਮਠਾਈ ਨਹੀਂ ਲਈ ਮਠਾਈ ਸਹੀ ਨਾ ਤਾਂ ਸਾਡੀ ਵਧੀਆ ਨਹੀਂ ਇਹਦੇ ਚਾਚਾ ਤਾਂ ਉਧਰੋਂ ਆਇਆ ਹੈ ਭੈਣ ਮੈਂ ਕਹਿੰਦਾ ਮੈਂ ਚਾਚੇ ਨੇ ਕੀ ਕਰਨਾ ਚਾਚਾ ਤਾਂ ਉਧਰੋਂ ਆਇਆ ਚਾਚਾ ਤਾਂ ਉਧਰੋਂ ਆ ਗਿਆ ਬੰਨੀ ਕਟਾਉਣੇ ਨਾ ਕੁੜੀ ਆਏ ਕੁੜੀ ਦੀ ਮੰਮੀ ਨੱਤ ਖੁੱਲੀ ਪਾਈ ਹੈ ਨਾ ਰੀ ਨੱਤ ਕੀ
يار مينو پوچھیا وے تیرے بڑا اج دا پر بیاہ کرنا ہے گل ہو جاندی ہے پر دس تے تھوڑی ہوندی بھی نہیں ہونا وا ہن تے میری دس تے تیرا مرلا کتے ہے مرلا صاحب مرلا صاحب آ مٹھا ڈگی نا اگے رکھ کے کتے مرلا صاحب او میں لگا گیا مرلا صاحب گڑیا دا پھر منڈے دا ور بھی ہے بابے سے جھک لیے جھک لیے ਜਿਵੇਂ ਤੁਸੀਂ ਵੇਖਿਆ ਹੀ ਹੈ ਕਿ ਆਪਾਂ ਹਰੀਕੇ ਪੱਤਨ ਬੱਚੀ ਦਾ ਵਿਆਹ ਕਰ ਰਹੇ ਹਾਂ ਤੇ ਮੈਂ ਧੰਨਵਾਦ ਕਰਦਾ ਹਾਂ ਆਪਣੇ ਸਾਜਨ ਵੀਰ ਦਾ
ਕਿਉਂਕਿ ਅੱਜ ਵਿਆਹ ਦੇ ਵਿੱਚ ਇੰਨੀ ਮੇਰੀ ਸੋਹਣਾ ਸਰੀਰ ਮੇਰਾ ਸਹੀ ਨਹੀਂ ਸੀਗਾ ਸਰੀਰ ਤੇ ਇਹਦੇ ਵਿੱਚ ਮੈਂ ਇੱਕ ਪ੍ਰਕਾਰ ਦੀ ਕਿਸੇ ਪ੍ਰਕਾਰ ਦੀ ਹੱਥੀ ਸੇਵਾ ਨਹੀਂ ਕੀਤੀ ਤੇ ਮੈਂ ਸਾਜਨ ਵੀਰ ਨੂੰ ਕਿਹਾ ਕਿ ਸਾਜਨ ਵੀਰ ਜੋ ਵੀ ਵਿਆਹ ਦਾ ਅਰੇਂਜਮੈਂਟ ਕਰਨਾ ਵਾ ਜ਼ਿੰਮੇਵਾਰੀ ਲੈਣੀ ਹੈ ਇਹ ਸਭ ਕੁਝ ਤੂੰ ਕਰਨਾ ਵਾ ਇਹ ਵਿਚਾਰਾ ਤੜਕੇ 3:30 ਵਜੇ ਦਾ ਉੱਠਿਆ ਵਾ ਸੋ ਜੀ ਭਾਜੀ ਸਾਰੇ ਨੇ ਲੈ ਕੇ ਆਂਦੀ ਉਸ ਤੋਂ ਬਾਅਦ ਜਿਹੜਾ ਇੱਥੇ ਅਰੇਂਜਮੈਂਟ ਕੀਤਾ ਸਭ ਕੁਝ ਕੀਤਾ ਇਹ ਸਾਰਾ ਸਾਜਨ ਵੀਰ ਦੀ ਨੇ ਆਪਣੀ ਸਿਰਦਰਦੀ ਤੇ ਆਪਣੀ ਜ਼ਿੰਮੇਵਾਰੀ ਤੇ ਨਿਭਾਇਆ ਤੇ ਬੜਾ ਹੀ ਸੋਹਣਾ ਕਾਰਜ ਜੋ ਜਿਹੜਾ ਤੁਸੀਂ ਦੇਖ ਹੀ ਲਿਆ ਵਾ ਸਾਹਮਣੇ ਸਾਡਾ ਪਾਣੀ ਤਿਆਰ ਵਾ ਓਏ ਇਹੋ ਤੂੰ ਵੀ ਚਲਾ ਲੈਣੀ ਬਾਜ ਹਾਂ ਹਾਂ ਇਹ ਤਾਂ ਹਰ ਕੇ ਵੀ ਤੋਂ ਅੱਗੇ ਲਾਹੌਰ ਕੋ ਤੇਰੇ ਮਰ ਗਿਆ ਆਹ ਠੀਕ ਹੈ ਆਹ ਤੇ ਸਾਜ ਵੀਰ ਅੱਜ ਕਿੰਨੇ ਵਜੇ ਉੱਠਿਆ ਦਿਨ ਸਾਢੇ ਦਿਨ ਕੀ ਕੀਤਾ ਫਿਰ ਸਬਜ਼ੀ ਲੈ ਦੀ ਮੰਡੀ ਕੋ ਤੇ ਕਿਰਾਨਾ ਦਾ ਆਪਿਆ ਹੈ ਹਾਂ ਇਹਦਾ ਕਿਰਾਨਾ ਰਾਤ ਨੂੰ ਦਾ ਕੋਤੇ ਮਟਰ ਪਨੀਰ ਸਭ ਤੋਂ ਸਾਰਾ ਕੁਝ ਤਿਆਰ ਵਾ ਚਲੋ ਤਾਂ ਕਿੰਨੇ ਕੁ ਬੰਦੇ ਦਾ ਪ੍ਰਬੰਧ ਆ 130-140 ਬੰਦੇ ਹੋ ਗਏ 100 ਤੋਂ ਉੱਪਰ ਹੋ ਗਿਆ ਹਨਾ ਚਲੋ ਧੰਨਵਾਦ ਮੈਂ ਸਾਰੀ ਵੀਰ ਦਾ ਵੀ ਕਰਦਾ ਵਾਂ ਆਪਣੇ ਭਾਜੀ ਹੋਣੀ ਇਹਨਾਂ ਦਾ ਵੀ ਧੰਨਵਾਦ ਤੇ ਸਭ ਤੋਂ ਪਹਿਲਾਂ ਇਹਨੂੰ ਵਧਾਈ ਦੋ ਵੀਰ ਦਾ ਤੇ ਰਹਿ ਗਿਆ ਵਾ ਠੀਕ ਹੈ ਨਾ ਆਸ ਕੋਈ ਹੈਗੀ ਨਹੀਂ ਚਲੋ ਮਹਾਰਾਜ ਨੇ ਮਿਹਰ ਕੀਤੀ ਆ ਤੇ ਹੁਣ ਇਹ ਜਰਾ ਭਿੰਨਾ ਕੇ ਸੁਖਣਾ ਹੀ ਲਈ ਜਾਂਦੇ ਆ ਟੋਪੀ ਵੀ ਅੱਜ ਘਰ ਦੀ ਪਾ ਗਿਆ ਇਹ ਤਾਂ ਲੱਗਾ ਕਿ ਵੀਰ ਰਹਿ ਗਿਆ ਵਾ ਅਰੇਂਜਮੈਂਟ ਦਿਖਾਉਣ ਲੱਗਾ ਵੀਰ ਕੀ ਬਣਾਇਆ ਵੀਰ ਨੇ ਚੌਲ ਵਾ ਲੂਣ ਵਾਲੇ ਚੌਲ ਚ ਲੂਣ ਵਾਲੇ ਚੌਲ ਨਾਲ ਦਹੀਂ ਬਣਾਇਆ ਵੀਰ ਨੇ ਨਾਲ ਇਹ ਕਿਹੜੀ ਸਬਜ਼ੀ ਆ ਕੋਕ ਤੇਰੀ ਸਬਜ਼ੀ ਆ ਇੱਥੇ ਕੀ ਆ ਇੱਥੇ ਚਾਹ ਵਾ ਚਾਹ ਉਹਦਾ ਮੈਂ ਪੀਤੀ ਨੀ ਸਕਣ ਆ ਵਾ ਮਟਰ ਪਨੀਰ ਤੇ ਆ ਵਾ ਦਾਲ ਦਾਲ ਮਟਰ ਪਨੀਰ ਤੇ ਕੋਕ ਤੇਰੀ ਸਬਜ਼ੀ ਆ ਨਾਲ ਪਕੌੜੇ ਸੀਗੇ 3-4 ਟਾਈਮ ਦੇ ਨਾਲ ਮਠਿਆਈ ਤੇ ਨਾਲ ਚਾਹ ਮੈਨੂੰ ਪੈਸੇ ਦੇ ਦੋ ਮੇਰਾ ਮੁੰਡਾ ਨੂੰ ਐ ਹੋ ਗਿਆ ਅਸੀਂ ਪੈਸੇ ਦੇ ਤੇ ਹੁਣ ਉਹ ਵੱਜਦੀ ਫਿਰਦੀ ਵੀਡੀਓ ਬਣਾ ਲੈਂਦੇ
جو بھی ویاہ دا کارج ہوندا ساجن ویر آپ اگے لا کے جو بھی ویر نے آپ اگے لا کے اے کارج نمہندے آ نا جو میرا جو بگو ویر نہیں آیا
ਉਹਦਾ ਵੀ ਮੈਂ ਧੰਨਵਾਦ ਕਰਦਾ ਵਾਂ ਤੇ ਅੱਜ ਸਰਪਾਓ ਅੱਜ ਇਹਨਾਂ ਵੀਰਾਂ ਨੂੰ ਕਿਉਂਕਿ ਬਹੁਤ ਵੀਰਾਂ ਨੇ ਅੱਜ ਸੇਵਾ ਕੀਤੀ ਆ ਸਰਪਾਓ ਨੂੰ ਅੱਜ ਸਰਪਾਓ ਦੀ ਭੇਟ ਕਰ ਲੱਗੇ ਆਪਾਂ ਤੇ ਜੋਧੇ ਵੀਰ ਦਾ ਬਹੁਤ ਬਹੁਤ ਧੰਨਵਾਦ ਬੜੇ ਸੋ ਨਿਹਾਲ ਇਹ ਸਾਡਾ ਜੰਡਾ ਵੀਰਾ ਬੜੇ ਸੋ ਨਿਹਾਲ ਮੈਂ ਵੀ ਇੱਕ ਗੱਲ ਕਹਿਣੀ ਚਾਹਾਂਗਾ ਕਿ ਸਾਡੇ ਜੰਟੇ ਵੀਰ ਦਾ ਥੋੜੇ ਕੁ ਦਿਨ ਹੋਇਆ ਵਿਆਹ ਹੋਇਆ ਵਾ ਹਸਾਣੀ ਤੇ ਇਹਨੂੰ ਸ਼ੁਭਕਾਮਨਾ ਦਿਓ ਕਿ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਰੱਬ ਇਹਨੂੰ ਤੰਦਰੁਸਤੀਆਂ ਦੇਵੇ ਘਰ ਦੇ ਵਿੱਚ ਵਿਸ਼ਵਾਸ ਪਿਆਰ ਬਣਿਆ ਰਵੇ ਤੇ ਦੋਹਾਂ ਜੀਵਾਂ ਦੀ ਰੱਬ ਬਣਾਵੇ ਤੋ ਇਹਨੂੰ ਇਹਦੇ ਵਾਸਤੇ ਅਰਦਾਸ ਕਰਿਓ ਤੇ ਹੁਣ ਸਾਡਾ ਨੋਨੀ ਵੀ ਦਾ ਬੜੇ ਸੋ ਨਿਹਾਲ ਤੇ ਆ ਸਾਡਾ ਛੋਟਾ ਵੀਰ ਕੀ ਨਾਮ ਹੋਤੀ ਤੇਰਾ ਗੁਰਦਾਸ ਬੜੇ ਸੋ ਨਿਹਾਲ ਤੇਰੇ ਢਾਬੇ ਜਾ ਬਣ ਕੇ ਵੀਡੀਓ ਬਣਾਓ ਚੰਗਾ ਪਾ ਕੇ